ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਕੁਛ ਦਿਨਾਂ ਤੋਂ ਖਬਰ ਸੁਣ ਰਹੇ ਹਾਂ ਕਿ ਪੈਪਰੀਆ ਮਾਜਰਾ ਤਹਿਸੀਲ ਪੂਰਨਪੁਰ ਪੀਲੀਭੀਤ, ਜਿੱਥੇ ਇੱਕ ਭਾਈ ਸਾਹਿਬ ਦੀ ਨਾਬਾਲਿਗ ਬੱਚੀ, ਜਿਹੜੀ ਗੁਰੂ ਘਰ ਦੇ ਵਿੱਚ ਭਾਈ ਸਾਹਿਬ ਰਹਿਰਸ ਦਾ ਪਾਠ ਕਰ ਰਹੇ ਨੇ, ਔਰ ਬੱਚੀ ਗੁਰੂ ਘਰ ਚੋਂ ਬਾਹਰ ਨਿਕਲਦੀ ਔਰ ਚਾਰ ਲੜਕੇ ਉਸਨੂੰ ਐਬਡਕਟ ਕਰਕੇ ਲੈ ਜਾਂਦੇ ਨੇ, ਕਿਡਨੈਪ ਕਰਕੇ ਲੈ ਜਾਂਦੇ ਆ, ਉਹਦੇ ਨਾਲ ਦੁਸ਼ਕਰਮ ਕਰਦੇ ਆ। ਇਹ ਇੰਸਟੈਂਸ ਨੂੰ ਤਕਰੀਬਨ ਮਹੀਨਾ ਹੋ ਚੁੱਕਾ, ਇਹਦੀ FIR ਦਰਜ ਹੁੰਦੀ ਹੈ, ਇੱਕ ਬੰਦੇ ਨੂੰ ਫੜਿਆ ਜਾਂਦਾ ਔਰ ਬਾਕੀ ਤਿੰਨਾਂ ਨੂੰ ਨਹੀਂ ਫੜੇ ਜਾਂਦੇ, ਤਿੰਨ ਦੀ ਤਾਂ ਪਛਾਣ ਹੋਈ, ਇੱਕ ਪਛਾਣਿਆ ਨਹੀਂ ਜਾਂਦਾ। ਇਹ ਮੈਨੂੰ ਸਾਰੀ ਗੱਲ ਸਾਹਿਬ ਜਸਬੀਰ ਸਿੰਘ ਵਿਰਖੁਰੀ, ਜਿਹੜੇ ਉਸ ਗੁਰੂ ਘਰ 'ਚ ਵੀ ਪਹੁੰਚੇ, ਜਿਨ੍ਹਾਂ ਦੇ ਨਾਲ ਸੰਗਤ ਵੀ ਇਕੱਠੀ ਸੀ, ਉੱਥੋਂ ਪਤਾ ਲੱਗੀ। ਇਸ ਤੋਂ ਇਲਾਵਾ ਮੇਰੇ SGPC ਦੇ ਪ੍ਰਧਾਨ ਸਾਹਿਬ ਨਾਲ ਔਰ ਸਰਨਾ ਸਾਹਿਬ ਨਾਲ ਔਰ ਜਹਿਦਾਰ ਅਕਾਲ ਤਖ਼ਤ ਸਾਹਿਬ ਦਾ ਬਿਆਨ ਵੀ ਆਪਾਂ ਪੜ੍ਹਿਆ। ਜਹਿਦਾਰ ਸਾਹਿਬ ਆਪ ਵੀ ਗਏ SGPC ਦਾ, ਉੱਥੇ ਜਿਹੜੇ ਇੰਚਾਰਜ ਨੇ ਉਹ ਵੀ ਉੱਥੇ ਗਏ ਨੇ, ਔਰ ਜਹਿਦਾਰ ਅਕਾਲ ਤਖ਼ਤ ਸਾਹਿਬ ਨੇ ਨੋਟਿਸ ਦਿੱਤਾ ਇੱਕ ਹਫ਼ਤੇ ਦੇ ਵਿੱਚ ਜੇ ਕਾਰਵਾਈ ਨਹੀਂ ਹੋਏਗੀ ਤਾਂ ਅਸੀਂ ਇਸ 'ਤੇ ਐਕਸ਼ਨ ਲਵਾਂਗੇ। ਮੈਂ ਸਮਝਦਾ ਵਾਂ ਕਿ ਲਾਲਪੁਰਾ ਜੀ ਜਿਹੜੇ ਮਿਨੋਰਟੀਜ਼ ਦੇ ਚੇਅਰਮੈਨ ਨੇ, ਉਹਨਾਂ ਨੇ ਵੀ ਉੱਥੋਂ ਦੇ ਚੀਫ ਸੈਕਟਰੀ ਨੂੰ ਨੋਟਿਸ ਕੀਤਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇੱਕ ਬੱਚੀ ਨਾਲ ਪੋਸਕੋ ਦਾ ਕੇਸ ਬਣਦਾ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ, ਔਰ ਉੱਥੇ ਜਿਹੜਾ CEO ਹੈਗਾ, CEO ਉੱਥੇ ਜਿਹੜਾ ਹੈਗਾ ਉਹ ਬਚਾਉਣਾ ਚਾਹ ਰਿਹਾ ਬੱਚੇ ਨੂੰ, ਜਿਹੜੇ ਦੁਸ਼ਟ ਨੇ ਅਲੋਕ ਸਿੰਘ, ਉਹ CEO ਜਾ ਕੇ ਕਹਿੰਦਾ ਹੈ ਭਾਈ ਸਾਹਿਬ ਨੂੰ ਕਿ ਬਈ ਜੇ ਤੁਸੀਂ ਉਸਨੂੰ ਜ਼ਿਆਦਾ ਫੋਲੋਅਪ ਕੀਤਾ ਤਾਂ ਮੈਂ ਤੁਹਾਡੇ 'ਤੇ ਕੇਸ ਪਾ ਦਿਆਂਗਾ। ਜਿਹੜੇ ਉੱਥੋਂ ਦੇ SP ਹੈ ਅਵਿਨਾਸ਼ ਪਾਂਡੇ, ਉਹ ਆਖ ਰਿਹਾ ਕਿ ਮੈਂ ਇਸ ਇਸ਼ੂ ਨੂੰ ਜ਼ਿਆਦਾ ਤੁਸੀਂ ਹਾਈਲਾਈਟ ਨਾ ਕਰੋ, ਤੁਸੀਂ ਸਾਰੇ ਆਤੰਕਵਾਦੀ ਹੋ ਔਰ ਤੁਸੀਂ ਜਿਹੜੇ ਹੈ 1984 ਤੋਂ ਤੁਹਾਡਾ ਜਿਹੜਾ ਕੰਮ ਹੈ ਇਸ ਪਾਸੇ, ਤੁਸੀਂ ਆਤੰਕਵਾਦੀਆਂ ਨੂੰ ਪਨਾਹ ਦਿੰਦੇ ਹੋ। ਮੈਨੂੰ ਨਹੀਂ ਸਮਝ ਆਉਂਦੀ ਕਿ ਕਿਸੇ ਹੋਰ ਨਾਲ ਹੋ ਜਾਵੇ ਅਤੇ ਸਾਰਾ ਤੰਤਰ ਮੰਤਰ ਪੂਰਾ ਹਿੰਦੁਸਤਾਨ ਖੜ੍ਹਾ ਹੋ ਜਾਂਦਾ। ਇੱਥੇ ਇੱਕ ਗੁਰੂ ਘਰ ਦੇ ਇੱਕ ਗ੍ਰੰਥੀ ਨਾਲ, ਮੈਂ ਸਮਝਦਾ ਉਹ ਸਾਡੀ ਇੱਜ਼ਤ 'ਤੇ ਹੱਥ ਪਾਇਆ, ਸਾਡੀ ਪੱਗ 'ਤੇ ਹੱਥ ਪਾਇਆ ਉਸਨੇ, ਔਰ ਅਕਾਲ ਤਖ਼ਤ ਸਾਹਿਬ ਦੀ ਆਵਾਜ਼ ਦੇ ਉੱਤੇ ਸਾਰੀ ਕੌਮ ਇਕੱਠੀ ਹੈ, ਸਾਡੀ ਕੌਮ ਦੇ ਵਿੱਚ ਕੋਈ ਫਰਕ ਨਹੀਂ, ਇਸ ਲੜਾਈ ਨੂੰ ਅਖੀਰ ਤੱਕ ਲੈ ਕੇ ਜਾਵਾਂਗੇ, ਇਨਸਾਫ ਜਿਹੜਾ ਇਹ ਦੇਣਾ ਪਏਗਾ ਉੱਥੋਂ ਦੀ ਸਰਕਾਰ ਨੂੰ। ਔਰ ਮੈਂ ਬੁਲਡੋਜ਼ਰ ਬਾਬਾ ਨੂੰ ਕਹਿੰਦਾ, ਮੇਰੇ ਕਹਿਣ ਤੋਂ ਮੁਰਾਦ ਹੈ CM ਯੋਗੀ ਸਾਹਿਬ ਨੂੰ, ਮੈਂ ਪੁੱਛਣਾ ਚਾਹੁੰਦਾ ਕਿ ਅੱਜ ਬੁਲਡੋਜ਼ਰ ਕਿੱਥੇ ਹੈ, ਇਹਨਾਂ ਚੋਵਾਂ ਦਾ ਘਰ ਕਿਉਂ ਨਹੀਂ ਢਾ ਢੇਰੀ ਕਰ ਦਿੱਤਾ ਗਿਆ ਹਾਲ ਤੱਕ, UP ਦੇ ਕਿਸੇ ਵਜ਼ੀਰ ਦਾ ਫੋਨ ਕਿਉਂ ਨਹੀਂ ਆਉਂਦਾ। ਇੱਥੇ ਤਾਂ ਕਹਿੰਦੇ ਨੇ ਇਸ ਵੇਲੇ ਤਾਂ ਰਾਮ ਰਾਜ ਹੈ UP ਦੇ ਵਿੱਚ, ਕਮਾਲ ਹੈ, ਕੋਈ ਬਦਮਾਸ਼ ਇਹੋ ਜਿਹਾ ਕੰਮ ਕਰ ਹੀ ਨਹੀਂ ਸਕਦਾ, ਔਰ ਇਹ ਤੁਹਾਡੀ ਅੱਖਾਂ ਦੇ ਸਾਹਮਣੇ ਇਹ ਸਾਰਾ ਕੁਛ ਹੋਇਆ। ਔਰ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਅੱਜ ਤੱਕ ਸਾਰਾ ਤੰਤਰ ਚੁੱਪ ਕਿਉਂ ਬੈਠਾ, ਬੁਲਡੋਜ਼ਰ ਬਾਬਾ ਚੁੱਪ ਕਿਉਂ ਬੈਠੇ ਨੇ। ਮੈਂ ਸਮਝਦਾ ਵਾਂ ਕਿ ਇਨਸਾਫ ਦੀ ਜਿਹੜੀ ਛੜੀ ਹੈ ਨਾ, ਉਹ ਇੱਕੋ ਜਿਹੀ ਹੋਣੀ ਚਾਹੀਦੀ ਹੈ, ਔਰ ਕਸੂਰਵਾਰਾਂ 'ਤੇ, ਕਲਪ੍ਰਿਟਸ 'ਤੇ ਉੱਦਾਂ ਹੀ ਪੈਣੀ ਚਾਹੀਦੀ ਹੈ। ਇਹ ਉਹਨਾਂ ਦੀ ਜਾਤ ਪਾਤ, ਉਹਨਾਂ ਦਾ ਰੁਤਬਾ, ਉਹਨਾਂ ਦਾ ਧਰਮ ਦੇਖ ਕੇ ਫਰਕ ਨਹੀਂ ਹੋਣਾ ਚਾਹੀਦਾ। ਔਰ ਇੱਕ ਗੱਲ ਸਮਝ ਲੈਣਾ, ਇਹ ਭਾਈ ਸਾਹਿਬ ਦੀ ਬੱਚੀ ਨਹੀਂ ਹੈ, ਇਹ ਕੌਮ ਨੇ ਇਹ ਇਸ਼ੂ ਨੂੰ ਆਪਣੇ 'ਤੇ ਲੈ ਲਿਆ। ਜਹਿਦਾਰ ਅਕਾਲ ਤਖ਼ਤ ਸਾਹਿਬ ਜਿਹੜੇ ਸਾਡੇ ਸਿਰਮੌਰ ਨੇ, ਉਹਨਾਂ ਨੇ ਇਸ 'ਤੇ ਅਲਟੀਮੇਟਮ ਦਿੱਤਾ, ਔਰ ਜੇ ਸਰਕਾਰ ਐਕਸ਼ਨ 'ਚ ਨਹੀਂ ਆਉਂਦੀ, ਜੇ ਪੁਲਿਸ ਆਪਣਾ ਕੰਮ ਨਹੀਂ ਕਰਦੀ, ਪੋਸਕੋ ਐਕਟ ਦੇ ਵਿੱਚ ਇਹਨਾਂ ਨੂੰ ਬੰਦ ਨਹੀਂ ਕਰਦੀ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਹਿਸਾਬ ਨਾਲ, ਤੇ ਸਮਝ ਲੈਣਾ ਕੌਮ ਟਕਰੇਗੀ। ਅਸੀਂ ਖੁਦ ਉੱਥੇ ਜਾਵਾਂਗੇ ਔਰ ਜਾ ਕੇ ਇਹ ਇਨਸ਼ੋਰ ਕਰਾਂਗੇ ਕਿ UP ਸਰਕਾਰ ਨੂੰ ਬਣਦਾ ਇਨਸਾਫ ਇਸ ਬੱਚੀ ਨੂੰ ਤੇ ਉਹਦੇ ਪਰਿਵਾਰ ਨੂੰ ਦੇਣਾ ਪਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।